ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹਾਲ ਹੀ ਵਿੱਚ ਪੱਕੇ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕੋਈ ਕਮੀ ਦਾ ਰੋਲਾ ਪਾ ਕੇ ਪਟਿਆਲਾ ਵਿਖੇ ਧਰਨੇ ਤੇ ਬੈਠੇ ਸਾਂਝਾ ਮੋਰਚਾ ਯੂਨੀਅਨ ਦੇ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਕੂਲ ਸਮੇਂ ਤੇ ਧਰਨਾ ਦੇ ਕੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਕਰਨ। ਉਨ੍ਹਾਂ ਆਖਿਆ ਕਿ ਯੂਨੀਅਨ ਨੇਤਾ ਤੁਰੰਤ ਆਪਣੇ ਸਕੂਲਾਂ ਵਿੱਚ ਪਰਤ ਜਾਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਆਖਿਆ ਕਿ ਉਹ ਅਧਿਆਪਕ ਜੋ ਪਹਿਲਾਂ ਕੇਂਦਰ ਸਰਕਾਰ ਦੇ ਫੰਡਾਂ ਸਹਾਰੇ ਚੱਲਦੀਆਂ ਸੁਸਾਇਟੀਆਂ ਦੇ ਮੁਲਾਜ਼ਮ ਸਨ ਅਤੇ ਇਨ੍ਹਾਂ ਦੇ ਭਵਿੱਖ ਤੇ ਹਰ ਵੇਲੇ ਤਲਵਾਰ ਲਟਕਦੀ ਸੀ ਨੂੰ ਪੱਕੇ ਕਰਨ ਦਾ ਫੈਸਲਾ ਇਨ੍ਹਾਂ ਯੂਨੀਅਨ ਨੇਤਾਵਾਂ ਨਾਲ 3 ਮੀਟਿੰਗਾਂ ਕਰਨ ਉਪਰੰਤ ਹੀ ਲਿਆ ਗਿਆ, ਜੋ ਕਿ ਅੱਜ ਆਪਣੇ ਨਿੱਜੀ ਸਵਾਰਥਾਂ ਕਰਕੇ ਅਧਿਆਪਕ ਵਰਗ ਨੂੰ ਗੁੰਮਰਾਹ ਕਰ ਰਹੇ ਨੇ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਨੇਤਾਵਾਂ ਦੇ ਪਿੱਛੇ ਲੱਗ ਕੇ ਆਪਣਾ ਅਤੇ ਵਿਦਿਆਰਥੀਆਂ ਦਾ ਭਵਿੱਖ ਨਾ ਖਰਾਬ ਕਰਨ। ਇਹ ਜਿਹੜੀਆਂ ਉਦੋਂ ਸੁਸਾਇਟੀਆਂ ਬਣੀਆਂ ਸੀ, ਜਦੋਂ ਸੈਂਟਰ ਦੀਆਂ ਸਕੀਮਾਂ ਆਈਆਂ ਸੀ, ਸਰਵ ਸਿੱਖਿਆ ਅਭਿਆਨ, ਰਮਸਾ, ਇਹੋ ਜਿਹੀਆਂ ਸੁਸਾਇਟੀਆਂ ਬਣੀਆਂ ਸੀ ਜਿਹਦੇ ਅਗੇਂਸਟ ਇਹ ਜਿਹੜੇ ਸੀ ਉੱਥੇ ਕੰਮ ਕਰਦੇ ਸੀਗੇ ਐਜ਼ ਏ ਟੀਚਰ। ਸੋ ਸੁਸਾਇਟੀਆਂ ਦੀ ਭਰਤੀ ਕੋਈ ਐਜੂਕੇਸ਼ਨ ਡਿਪਾਰਟਮੈਂਟ ਦੀ ਭਰਤੀ ਨਹੀਂ, ਨਾ ਇਹ ਪਰਮਾਨੈਂਟ ਸੀ, ਟੈਂਪਰੇਰੀ ਟੀਚਰ ਸਨ। ਟੈਂਪਰੇਰੀ ਇੰਨਾ ਚਿਰ ਹੁੰਦਾ ਜਦੋਂ ਪੈਸੇ ਸਰਕਾਰਾਂ ਕੋਲ ਹੋਣ ਜਾਂ ਸੈਂਟਰ ਦੀ ਏਡ ਆਵੇ ਉਦੋਂ ਕੰਮ ਕਰ ਲੈਣ, ਜੇ ਮਗਰੋਂ ਏਡ ਨਾ ਆਵੇ ਤੇ ਫਰੀ ਹੋ ਜਾਣਾ, ਵਿਹਲੇ ਬੈਠ ਜਾਣ। ਸੋ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸਾਰਿਆਂ ਨੂੰ ਵੀ ਇਹ ਕੰਮ ਨਾ ਕਰੋ, ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰੋ, ਬੱਚਿਆਂ ਦਾ ਤੁਸੀਂ ਕਸੂਰ ਆ। ਮੈਂ ਇਹਨਾਂ ਨੂੰ ਕਹਿਤਾ, ਦਿਨਾਂ ਦੀ ਗੱਲ ਨੀ, ਇਹਨਾਂ ਨੂੰ ਕਹਿਤਾ ਕਿ ਜਿਹੜਾ ਬੰਦਾ ਵਰਕਿੰਗ ਡੇ ਵਾਲੇ ਦਿਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰੂਗਾ, ਸਕੂਲ ਨਹੀਂ ਜਾਊਗਾ, ਉਹ ਤੇ ਐਕਸ਼ਨ ਲਾਂਗੇ। ਅੱਗੇ ਵੀ ਲਿਆ, ਹੁਣ ਵੀ ਐਕਸ਼ਨ ਲੈਣਾ।